ਇਹ ਵੀਡੀਓ ਹਫ਼ਤੇ ਬਾਅਦ ਇਸ ਲਈ ਪਾਈ ਜਾ ਰਹੀ ਹੈ ਕਿਉਂਕਿ ਜਿੰਨੇ ਰਿਕਾਰਡ ਇਸ ਗਾਣੇ ਨੇ ਬਣਾਤੇ ਜਾਂ ਤੋੜਤੇ ਉਹ ਸੇਮ ਡੇ ਕਵਰ ਨਹੀਂ ਹੋ ਸਕਦੇ ਸੀ। 1-2 ਮਿੰਟ ਦੀ ਵੀਡੀਓ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ। ਸੋ 1 ਹਫ਼ਤਾ ਪੂਰਾ ਐਨਾਲਾਈਜ਼ ਹੋਣ ਤੋਂ ਬਾਅਦ ਇਹ ਵੀਡੀਓ ਤਿਆਰ ਕੀਤੀ ਗਈ ਹੈ। ਜੇ ਤੁਸੀਂ ਜਲਦਬਾਜ਼ੀ 'ਚੋਂ ਕੁਝ ਕੰਮ ਕਰ ਰਹੇ ਹੋ ਤਾਂ ਕਿਰਪਾ ਕਰਕੇ ਹੁਣ ਇਸ ਵੀਡੀਓ ਨੂੰ ਛੱਡ ਦਿਓ ਅਤੇ ਪੂਰੇ ਫ੍ਰੀ ਟਾਈਮ ਦੇ ਵਿੱਚ ਦੁਬਾਰਾ ਇਸ ਵੀਡੀਓ ਨੂੰ ਦੇਖਣ ਆਇਓ ਅਤੇ ਸ਼ਾਂਤੀ ਨਾਲ ਹੈੱਡਫੋਨ ਲਗਾ ਕੇ ਵੀਡੀਓ ਦਾ ਆਨੰਦ ਮਾਣਿਓ। ਵੀਡੀਓ ਜ਼ਿਆਦਾ ਲੰਬੀ ਨਾ ਚੱਲ ਜਾਏ, ਸੋ ਸਾਰੇ ਸਕਰੀਨਸ਼ਾਟਸ ਅਤੇ ਕ੍ਰੈਡਿਟਸ ਅਸੀਂ ਪੜ੍ਹ ਕੇ ਨਹੀਂ ਸੁਣਾਵਾਂਗੇ, ਲੇਕਿਨ ਪੂਰੀ ਵੀਡੀਓ ਦੇ ਵਿੱਚ ਅਟੈਚ ਕਰ ਦਿੱਤੇ ਨੇ ਤਾਂ ਕਿ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਉਹਨਾਂ ਨੂੰ ਪੜ੍ਹ ਸਕੋ। 5-6 ਮਹੀਨੇ ਪਹਿਲਾਂ ਗਾਣੇ ਦੀ ਅਨਾਊਂਸਮੈਂਟ ਹੁੰਦੀ ਹੈ ਸਟੀਲ ਬੈਂਕਲਸ ਦੇ ਅਕਾਊਂਟ ਤੇ, ਜਿਸ ਵਿੱਚ ਬਰਨਾ ਬੋਏ, ਸਿੱਧੂ ਦੇ ਮਾਤਾ ਪਿਤਾ ਅਤੇ ਸਟੀਲ ਬੈਂਕਲਸ ਇਕੱਠੇ ਦਿਖਾਈ ਦਿੱਤੇ। ਸਟੀਲ ਬੈਂਕਲਸ ਨੇ ਲਿਖਿਆ ਕਿ ਸਿੱਧੂ ਤੇਰੀ ਯਾਦ ਆਉਂਦੀ ਹੈ ਅਤੇ ਬਰਨਾ ਬੋਏ ਨੇ ਮਾਈ ਨੇਮ ਗਾਣਾ ਕੰਪਲੀਟ ਕਰ ਦਿੱਤਾ ਹੈ ਜੋ ਤੂੰ ਸ਼ੁਰੂ ਕੀਤਾ ਸੀ ਤੇ ਇਹ ਗਾਣਾ ਦੁਨੀਆ ਦੇ ਸੁਣਨ ਦੇ ਲਈ ਤਿਆਰ ਹੈ। ਫਿਰ ਕੁਝ ਮਹੀਨਿਆਂ ਬਾਅਦ ਉਸਨੇ ਲਾਈਵ ਸ਼ੋਅ ਵਿੱਚ ਵੀ ਬੋਲਿਆ ਕਿ ਅਗਲੇ 2 ਹਫ਼ਤਿਆਂ ਵਿੱਚ ਸਿੱਧੂ ਦਾ ਬਰਨਾ ਬੋਏ ਨਾਲ ਗਾਣਾ ਆਉਣ ਵਾਲਾ ਹੈ। ਸਿੱਧੂ ਦੇ ਪਿਤਾ ਜੀ ਬਲਕੌਰ ਸਿੱਧੂ ਨੇ 29 ਮਾਰਚ ਨੂੰ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਗਾਣਾ ਆ ਰਿਹਾ ਹੈ, ਪਰ ਗਾਣਾ ਕਿਹੜਾ ਆ ਰਿਹਾ ਇਹ ਨਹੀਂ ਦੱਸਿਆ। ਅਸੀਂ ਗੀਤਾ ਅਪ੍ਰੈਲ ਦੇ ਸ਼ਾਇਦ ਫਸਟ ਵੀਕ ਹੀ ਛੱਡ ਦਈਏ, ਉਹਦਾ ਇੱਕ ਗਾਣਾ ਤਿਆਰ ਹੈ, ਉਹਦੀ ਵੀਡੀਓ ਵੀ ਤਿਆਰ ਕਰ ਲਈ ਹੈ। ਸੋ ਫੈਨਸ ਦੇ ਮਨਾਂ ਦੇ ਵਿੱਚ ਥੋੜੀ ਸ਼ੰਕਾ ਸੀ ਕਿ ਮੇਬੀ ਰੀਬਰਥ ਗਾਣਾ ਹੋ ਸਕਦਾ ਹੈ, ਪਰ ਉਹਨਾਂ ਦੀ ਸਟੇਟਮੈਂਟ ਇਹ ਵੀ ਸੀ ਕਿ ਜੋ ਗਾਣਾ ਅਗਲੇ ਹਫ਼ਤੇ ਰਿਲੀਜ਼ ਹੋਣਾ ਹੈ ਉਹ ਕਦੇ ਵੀ ਪਹਿਲਾਂ ਲੀਕ ਨਹੀਂ ਹੋਇਆ ਅਤੇ ਨਾ ਹੀ ਅੱਜ ਤੱਕ ਉਸਦੀਆਂ ਕੋਈ 2-3 ਲਾਈਨਾਂ ਬਾਹਰ ਆਈਆਂ ਨੇ। ਬਸ ਇਸੀ ਗੱਲ ਕਰਕੇ ਗਾਣੇ ਦੀ ਹਾਈਪ ਦੁੱਗਣੀ ਹੋ ਗਈ, ਫੈਨਸ ਨੂੰ ਹੋ ਗਿਆ ਕਿ ਬਿਲਕੁਲ ਨਿਊ ਤੇ ਫਰੈਸ਼ ਗੀਤ ਸੁਣਨ ਨੂੰ ਮਿਲੇਗਾ ਜਿਹੜਾ ਪਹਿਲਾਂ ਕਦੇ ਨਹੀਂ ਸੁਣਿਆ। 3 ਅਪ੍ਰੈਲ 1 ਗੀਤ ਦਾ ਪੋਸਟਰ ਅਪਲੋਡ ਹੁੰਦਾ ਹੈ ਸਿੱਧੂ ਦੇ ਅਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਤੇ, ਜਿਸ ਦੇ ਵਿੱਚ ਦੱਸੀ ਗਈ ਗਾਣੇ ਦੀ ਅਫੀਸ਼ੀਅਲ ਰਿਲੀਜ਼ ਡੇਟ ਅਤੇ ਗਾਣੇ ਦਾ ਨਾਮ ਮੇਰਾ ਨਾਂ। ਪੋਸਟਰ ਦੇ ਵਿੱਚ ਸਿੱਧੂ ਦੀ ਡਾਇਮੰਡ ਵਾਲੀ ਪੇਂਟਿੰਗ ਅਤੇ ਇਹ ਪੇਂਟਿੰਗ ਮਸ਼ੀਨ ਨਾਲ ਨਹੀਂ ਬਲਕਿ ਹੱਥੀ ਡਾਇਮੰਡ ਲਾ ਕੇ ਬਣਾਈ ਗਈ ਸੀ, ਜਿਸ ਨੂੰ ਕਿ ਸਿੱਧੂ ਨੇ ਵੀ ਖੁਦ ਦੇਖਿਆ ਹੋਇਆ ਸੀ ਅਤੇ ਆਪਣੇ ਅਕਾਊਂਟ ਤੇ ਇਸ ਪੇਂਟਿੰਗ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ। ਪੋਸਟਰ ਦੇ ਉੱਪਰ ਅੱਜ ਦੀ ਡੇਟ ਤੱਕ 23 ਲੱਖ ਤੋਂ ਉੱਪਰ ਲਾਈਕਸ ਅਤੇ 2 ਲੱਖ ਤੋਂ ਉੱਪਰ ਕਮੈਂਟਸ ਹੋ ਚੁੱਕੇ ਹਨ। ਦੂਜੇ ਪਾਸੇ ਅਫਵਾਹ ਉੱਡ ਰਹੀਆਂ ਸੀ ਕਿ ਮੇਰਾ ਨਾਂ ਗਾਣਾ ਲੀਕ ਹੋ ਗਿਆ ਕਿਉਂਕਿ ਕੁਝ ਕੁ ਲੋਕਾਂ ਵੱਲੋਂ ਸ਼ਾਹ ਦਾ ਬਰਬਾਦੀ ਗਾਣਾ ਅਪਲੋਡ ਕੀਤਾ ਜਾ ਰਿਹਾ ਸੀ ਸਿੱਧੂ ਦੇ ਨਾਮ ਨਾਲ, ਕਿਉਂਕਿ ਕਿਤੇ ਨਾ ਕਿਤੇ ਸ਼ਾਹ ਦੀ ਵੋਕਲ ਅਤੇ ਲਿਰਿਕਸ ਮਿਲਦੇ ਸੀ ਸਿੱਧੂ ਬਾਈ ਦੇ ਵੋਕਲਸ ਅਤੇ ਲਿਰਿਕਸ ਨਾਲ। ਜੇ ਆਸਾਨ ਭਾਸ਼ਾ ਵਿੱਚ ਕਹਾਂ ਤਾਂ ਝੋਟਾ, ਨਾਟਗਿਆਰਾ, ਰੇਂਜ, ਗੋਟ, ਲੀਜੈਂਡ ਇਹੋ ਜਿਹੇ ਕੁਝ ਸ਼ਬਦਾਂ ਦੇ ਕਾਪੀਰਾਈਟ ਤੇ ਸਿੱਧੂ ਮੂਸੇਵਾਲਾ ਆਪਣੇ ਨਾਂ ਤੇ ਰਜਿਸਟਰ ਕਰ ਗਿਆ। ਕੋਈ ਵੀ ਬੰਦਾ ਕਿਸੇ ਵੀ ਜਗ੍ਹਾ ਇਹਨਾਂ ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਲਿੰਕ ਸਿੱਧਾ ਸਿੱਧੂ ਨਾਲ ਆ ਕੇ ਜੁੜਦੇ ਹਨ। ਤੇ ਰਹਿੰਦੀ ਗੱਲ ਬਰਬਾਦੀ ਗਾਣੇ ਦੀ, ਇਸ ਵਿੱਚ ਮਿਊਜ਼ਿਕ ਵੀ ਦੇਵ ਓਸ਼ਨ ਦਾ ਸੀ ਜਿਸ ਨੇ ਕਿ ਸਿੱਧੂ ਦੇ ਬੈਡ ਗਾਣੇ ਦਾ ਮਿਊਜ਼ਿਕ ਪ੍ਰੋਡਿਊਸ ਕੀਤਾ ਸੀ। ਸਨੀ ਮਲਟ ਨੇ ਵੀ ਪੋਸਟਰ ਸ਼ੇਅਰ ਕਰ ਦਿੱਤਾ ਅਤੇ ਉਸਨੇ ਸਟੋਰੀ ਵਿੱਚ ਲਿਖਿਆ ਕਿ ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ ਜਾ ਰਹੀਆਂ ਨੇ, ਬਹੁਤ ਜ਼ਮੀਰਾਂ ਬਹਿ ਰਹੀਆਂ ਨੇ, ਮੈਂ ਕਦੇ ਆਂਟੀਆਂ ਨਾਲ ਹੱਥ ਨਹੀਂ ਮਿਲਾਉਂਗਾ ਕਿਉਂਕਿ ਮੇਰੇ ਭਾਈ ਨੇ ਕਿਹਾ ਨੈਵਰ ਫੋਲਡ ਕਿ ਕਦੇ ਦਬਣਾ ਨਹੀਂ ਤੇ ਕਦੇ ਝੁਕਣਾ ਨਹੀਂ। ਕੁਝ ਕੁ ਸ਼ਰਾਰਤੀ ਅੰਸਰ ਕਹਿਣ ਲੱਗ ਗਏ ਕਰਨ ਔਜਲਾ ਨੇ ਪੋਸਟ ਪਾਈ ਹੈ ਅਤੇ ਉਸਨੇ ਕੈਪਸ਼ਨ ਵਿੱਚ ਸਿੱਧੂ ਨੂੰ ਮਿਸ ਕਰਦੇ ਹੋਏ ਲਿਖਿਆ ਕਿ ਕਾਸ਼ ਉਹ ਇੱਥੇ ਹੁੰਦਾ, ਪਰ ਅਸਲ ਵਿੱਚ ਇਹ ਗੱਲ ਕਰਨ ਔਜਲਾ ਨੇ ਆਪਣੇ ਮਾਤਾ ਪਿਤਾ ਲਈ ਲਿਖੀ ਸੀ ਕਿ ਕਾਸ਼ ਉਹ ਇੱਥੇ ਹੁੰਦੇ। ਫਿਰ 5 ਅਪ੍ਰੈਲ ਨੂੰ ਹਾਲੀਵੁੱਡ ਵਾਲਿਆਂ ਦੇ ਇੰਸਟਾ ਅਕਾਊਂਟ ਤੇ ਸਿੱਧੂ ਦੇ ਬਚਪਨ ਵੇਲੇ ਦੀ ਫੋਟੋ ਪਾਈ ਜਾਂਦੀ ਹੈ ਜਿਸ ਦੇ ਵਿੱਚ ਪੁੱਛਿਆ ਗਿਆ ਕਿ ਗੈਸ ਕਰੋ ਇਹ ਕੌਣ ਹੈ। ਦੱਸ ਦਈਏ ਕਿ ਹਾਲੀਵੁੱਡ ਦਾ ਇੱਕ ਵੈਰੀਫਾਈਡ ਅਕਾਊਂਟ ਸੀ ਤੇ ਡਰੇਕ ਅਤੇ ਹੋਰਨਾਂ ਕਈ ਵੱਡੇ ਆਰਟਿਸਟਾਂ ਦੀ ਫੋਟੋ ਇਸ ਅਕਾਊਂਟ ਤੇ ਪਾਈਆਂ ਜਾ ਰਹੀਆਂ ਸਨ, ਪਰ ਪਿਛਲੇ ਕੁਝ ਮਹੀਨਿਆਂ ਤੋਂ ਕਿਸੇ ਵੀ ਪੋਸਟ ਉੱਪਰ 1000 ਤੋਂ ਵੱਧ ਲਾਈਕਸ ਤੇ 100 ਤੋਂ ਵੱਧ ਕਮੈਂਟਸ ਨਹੀਂ ਆ ਰਹੇ ਸਨ। ਲੇਕਿਨ ਜਦੋਂ ਸਿੱਧੂ ਦੀ ਪੋਸਟ ਪਾਈ ਗਈ ਇਸ ਅਕਾਊਂਟ ਤੇ ਉਸ ਇਕੱਲੀ ਪੋਸਟ ਤੇ ਆਏ 1 ਲੱਖ ਤੋਂ ਉੱਪਰ ਲਾਈਕਸ ਤੇ 25,000 ਤੋਂ ਵੱਧ ਕਮੈਂਟਸ। ਅਤੇ ਇੱਥੇ ਸੱਚ ਹੋ ਗਈ ਸਿੱਧੂ ਦੁਆਰਾ ਪਿਛਲੇ ਸਾਲ ਬੋਲੀ ਜਾਣ ਵਾਲੀ ਗੱਲ ਕਿ ਮੈਂ ਹਾਲੀਵੁੱਡ ਬਾਰੇ ਗੱਲ ਨਹੀਂ ਕਰਦਾ, ਹਾਲੀਵੁੱਡ ਮੇਰੇ ਬਾਰੇ ਗੱਲ ਕਰਦਾ। ਗਾਣੇ ਤੋਂ ਪਹਿਲਾਂ ਸਨੀ ਮਲਟ ਨੇ ਪੋਸਟ ਪਾਈ ਕਿ ਜਦੋਂ ਵੀ ਸਿੱਧੂ ਦਾ ਗਾਣਾ ਆਉਂਦਾ ਮੈਨੂੰ ਲੱਗਦਾ ਮੇਰਾ ਬਰਥਡੇ ਆ, ਤੇ ਹੋਰ ਵੀ ਬਹੁਤ ਸਾਰੇ ਆਰਟਿਸਟਾਂ ਨੇ ਮੇਰਾ ਨਾਮ ਦੇ ਪੋਸਟਰ ਨੂੰ ਅਤੇ ਸਿੱਧੂ ਦੀ ਫੋਟੋਆਂ ਵੀਡੀਓ ਸ਼ੇਅਰ ਕੀਤੀਆਂ ਵਿਦ ਇਮੋਸ਼ਨਲ ਕੈਪਸ਼ਨਸ। ਸਿੱਧੂ ਦੇ ਅਕਾਊਂਟ ਦੀ ਸਟੋਰੀ ਤੇ ਇੱਕ ਦੂਜਾ ਪੋਸਟਰ ਵੀ ਅਪਲੋਡ ਕੀਤਾ ਗਿਆ ਸੀ ਮਾਈ ਨੇਮ ਗਾਣੇ ਦਾ, ਜਿਸ ਦੇ ਵਿੱਚ ਗਾਣਾ ਰਿਲੀਜ਼ ਹੋਣ ਦੀ ਟਾਈਮਿੰਗ ਤੱਕ ਮੈਂਸ਼ਨਡ ਸੀ ਅਤੇ ਬਾਅਦ ਵਿੱਚ ਉਹ ਸਟੋਰੀ ਡਿਲੀਟ ਕਰ ਦਿੱਤੀ ਗਈ। ਮੇ ਬੀ ਕੁਝ ਪ੍ਰੋਬਲਮ
ਕਾਲਮ ਵਗੈਰਾ ਆ ਗਈ ਹੋਣੀ। ਸੋ ਫੈਨਸ ਦੋ ਚਿੱਤੀ 'ਚ ਹੋ ਗਏ ਕਿ ਗਾਣਾ ਆਊ ਤਾਂ ਆਊ ਕਿੰਨੇ ਵਜੇ। 7 ਤਰੀਕ ਹੋ ਗਈ, 9 ਵੱਜ ਗਏ, ਲੇਕਿਨ ਗਾਣੇ ਦਾ ਕੋਈ ਅਤਾ ਪਤਾ ਨਹੀਂ ਕਿ ਕਿੰਨੇ ਵਜੇ ਆਉਣਾ। 9:10, 9:20, ਫਾਈਨਲੀ 9:30 'ਤੇ ਗਾਣੇ ਦਾ ਪ੍ਰੀਮੀਅਰ ਲੱਗ ਜਾਂਦਾ ਅਤੇ ਲੱਗਦੇ ਸਾਰ 60,000 ਬੰਦਾ ਜੁਆਇਨ ਹੋ ਜਾਂਦਾ ਹੈ ਅਤੇ ਪ੍ਰੋਪਰ 10 ਵੱਜਣ ਤੱਕ ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਹ ਗਿਣਤੀ 1 ਲੱਖ ਤੋਂ ਉੱਪਰ ਚਲੀ ਜਾਂਦੀ ਹੈ ਅਤੇ ਜਦੋਂ ਗਾਣਾ ਚੱਲਿਆ 3 ਲੱਖ ਲੋਕੀ ਲਾਈਵ ਸੁਣ ਰਹੇ ਸੀ, 2 ਲੱਖ ਤੋਂ ਉੱਪਰ ਲਾਈਕ ਹੋ ਚੁੱਕੇ ਸਨ। ਮਾਤਾ ਚਰਨ ਕੌਰ ਵੀ ਸਿੱਧੂ ਨੂੰ ਕਮੈਂਟਾਂ ਵਿੱਚ ਮਿਲ ਰਹੇ ਪਿਆਰ ਨੂੰ ਲਾਈਵ ਦੇਖ ਰਹੀ ਸਨ। ਸਾਰੇ ਫੈਨਾਂ ਦੇ ਫੇਸ 'ਤੇ ਸਮਾਈਲ ਸੀ। ਗਾਣਾ ਸੁਣਦੇ ਸੁਣਦੇ ਹਰ ਕੋਈ ਵਾਈਬ 'ਚ ਆ ਗਿਆ ਕਿਉਂਕਿ ਇਹ ਲਾਈਨਾਂ ਪਹਿਲੀ ਵਾਰੀ ਫੈਨਸ ਨੂੰ ਸੁਣਨ ਨੂੰ ਮਿਲੀਆਂ, ਪਰ ਗਾਣੇ ਦੇ ਅਖੀਰ ਤੱਕ ਆਉਂਦੇ ਆਉਂਦੇ ਸਭ ਦੀਆਂ ਅੱਖਾਂ ਨਮ ਹੋ ਗਈਆਂ। ਜਿੱਥੇ ਸਟਾਰਟਿੰਗ ਵਿੱਚ ਲੋਕਾਂ ਦੇ ਦੰਦ ਦਿਖ ਰਹੇ ਸੀ, ਉੱਥੇ ਅਖੀਰ 'ਤੇ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਦਿਸਣ ਲੱਗ ਗਿਆ। ਪਰ ਗਾਣੇ ਦੇ ਅਖੀਰ 'ਤੇ ਫੈਨਾਂ ਨੂੰ ਇੱਕ ਹੌਸਲਾ ਵੀ ਦਿੱਤਾ ਗਿਆ ਕਿ ਹਾਲੇ ਮੁੱਕਿਆ ਨਹੀਂ, ਮੁੱਕਿਆ ਨਹੀਂ। 15 ਮਿੰਟਾਂ 'ਚ 1 ਮਿਲੀਅਨ, 30 ਮਿੰਟਾਂ 'ਚ 1.5 ਮਿਲੀਅਨ, 3 ਘੰਟੇ 'ਚ 3.5 ਮਿਲੀਅਨ ਵਿਊਜ਼, 11 ਲੱਖ ਲਾਈਕਸ, 5 ਲੱਖ ਕਮੈਂਟਸ। ਇੰਡੀਆ ਦੇ ਵਿੱਚ ਟ੍ਰੈਂਡਿੰਗ ਨੰਬਰ 1 ਤੇ ਟ੍ਰੈਂਡਿੰਗ ਨੰਬਰ 2 ਇਨ ਕੈਨੇਡਾ, ਟ੍ਰੈਂਡਿੰਗ ਨੰਬਰ 2 ਇਨ ਵਰਲਡ। 12 ਮਿਲੀਅਨ ਵਿਊਜ਼, 20 ਲੱਖ ਲਾਈਕਸ, 10 ਲੱਖ ਕਮੈਂਟਸ ਸਿਰਫ 20 ਘੰਟਿਆਂ ਵਿੱਚ ਗਾਣੇ ਨੇ ਹਾਸਿਲ ਕਰ ਲਏ। 1 ਦਿਨ ਦੇ ਅੰਦਰ ਅੰਦਰ ਹਰ ਦੇਸ਼ ਦੇ ਵਿੱਚ ਆਲਮੋਸਟ ਪਹਿਲੇ ਨੰਬਰ ਤੇ ਮੇਰਾ ਨਾਮ ਗੀਤ ਪਹਿਲਾਂ ਪਾ ਰਿਹਾ ਸੀ ਤੇ ਕੁਝ ਕੁ ਦੇਸ਼ਾਂ ਦੇ ਵਿੱਚ ਟੌਪ 10 ਦੀ ਲਿਸਟ। ਪੁਸ਼ਪਾ 2 ਉਹ ਫਿਲਮ ਹੈ ਜੋ KGF ਨੂੰ ਮਾਤ ਪਾ ਸਕਦੀ ਹੈ ਤੇ ਪੁਸ਼ਪਾ ਮੂਵੀ ਦਾ ਟ੍ਰੇਲਰ ਵੀ ਸੇਮ ਡੇ ਰਿਲੀਜ਼ ਹੋਇਆ, ਲੇਕਿਨ ਉਹ ਵੀ ਸਿੱਧੂ ਨੂੰ ਕੁਝ ਸਮੇਂ ਤੱਕ ਕੱਟ ਨਹੀਂ ਪਾਇਆ। ਇੱਕ ਪਾਸੇ 19 ਮਿਲੀਅਨ ਸਬਸਕ੍ਰਾਈਬਰਸ ਵਾਲਾ ਇੰਡੀਵਿਜੁਅਲ ਚੈਨਲ ਤੇ ਇੱਕ ਪਾਸੇ 240 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਵਾਲੀ ਪੂਰੀ ਕੰਪਨੀ। ਪਰ ਸਿੱਧੂ ਨੇ ਆਪਣੀ ਜਗ੍ਹਾ ਪਹਿਲੇ ਤੇ ਬਣਾ ਕੇ ਰੱਖੀ 10 ਤੋਂ 15 ਘੰਟਿਆਂ ਤੱਕ, ਪਰ 1 ਦਿਨ ਬਾਅਦ ਪੁਸ਼ਪਾ ਦਾ ਟ੍ਰੇਲਰ ਵਿਊਜ਼ ਦੇ ਮਾਮਲੇ ਦੇ ਵਿੱਚ ਅੱਗੇ ਨਿਕਲ ਗਿਆ ਪਰ ਟ੍ਰੈਂਡਿੰਗ ਨੰਬਰ 1 ਤੇ ਨਹੀਂ ਆ ਪਾਇਆ ਕਿਉਂਕਿ ਵਿਊ ਤਾਂ ਮਿਲ ਗਏ ਸੀ ਟ੍ਰੇਲਰ ਨੂੰ, ਪਰ ਕਮੈਂਟਸ ਤੇ ਲਾਈਕਸ ਵਾਲਾ ਪਲੜਾ ਤਾਂ ਸਿੱਧੂ ਵੱਲ ਹੀ ਭਾਰੀ ਸੀ, ਜਿਸ ਦੇ ਕਾਰਨ ਮੇਰਾ ਨਾਂ ਟ੍ਰੈਂਡਿੰਗ ਨੰਬਰ 1 ਤੇ ਰਿਹਾ। ਅੱਠ ਤਰੀਕ ਨੂੰ ਇਸ ਟਾਈਮ ਦੀ ਸਭ ਤੋਂ ਫੇਮਸ ਵੈੱਬ ਸੀਰੀਜ਼ ਯਾਰ ਚੱਲੇ ਬਾਹਰ ਦਾ ਸੀਜ਼ਨ 2 ਦਾ ਦੂਜਾ ਐਪੀਸੋਡ ਰਿਲੀਜ਼ ਹੋਇਆ ਅਤੇ ਉਹ ਵੀ ਟ੍ਰੈਂਡਿੰਗ ਨੰਬਰ 2 ਤੱਕ ਹੀ ਪਹੁੰਚ ਪਾਇਆ। ਮੇਰਾ ਨਾਂ ਨੂੰ ਰਿਪਲੇਸ ਕਰਨ ਵਿੱਚ ਅਸਫਲ ਹੋ ਗਿਆ ਅਤੇ ਉਹਨਾਂ ਨੇ ਇਹ ਚੀਜ਼ ਖੁਦ ਐਡਮਿਟ ਕਰ ਲਈ ਕਿ ਉਹਨਾਂ ਦੀ ਵੀਡੀਓ ਟ੍ਰੈਂਡਿੰਗ ਨੰਬਰ 2 ਤੇ ਹੈ, ਸਿੱਧੂ ਮੂਸੇਵਾਲਾ ਲੀਜੈਂਡ ਤੋਂ ਪਿੱਛੇ। ਜੇ 7 ਅਪ੍ਰੈਲ ਵਾਲੇ ਦਿਨ ਤੁਸੀਂ ਕਿਸੇ ਵੀ ਆਰਟਿਸਟ ਦਾ ਇੰਸਟਾ ਅਕਾਊਂਟ ਖੋਲਦੇ ਤਾਂ ਤੁਹਾਨੂੰ ਉਹਨਾਂ ਦੀ ਸਟੋਰੀ ਵਿੱਚ ਮੇਰਾ ਨਾਮ ਗੀਤ ਚੱਲਦਾ ਹੀ ਮਿਲਣਾ ਸੀ, ਬਸ ਕੁਝ ਗਿਣਵੇਂ ਚੁਣਵੇਂ ਲੋਕਾਂ ਨੂੰ ਛੱਡ ਕੇ। ਮਿਲੀਅਨ ਮਿਲੀਅਨ ਸਬਸਕ੍ਰਾਈਬਰ ਵਾਲੇ ਚੈਨਲਾਂ ਨੇ ਗਾਣੇ ਨੀਚੇ ਕਮੈਂਟ ਕੀਤੇ, ਵੱਡੇ ਵੱਡੇ ਬੰਦਿਆਂ ਨੇ ਗਾਣੇ ਚਲਾ ਕੇ ਪੋਸਟਾਂ ਪਾਈਆਂ। ਅਰਜਨ ਢਿੱਲੋਂ, MC ਸਟੈਨ, ਰਫਤਾਰ, ਗੁਰਦਾਸ ਮਾਨ ਵਰਗੇ ਆਰਟਿਸਟ ਜੋ ਇਸ ਟਾਈਮ ਕੋਈ ਛੋਟਾ ਮੋਟਾ ਨਾਮ ਨਹੀਂ ਹਨ, ਉਹ ਵੀ ਗਾਣੇ ਦੀ ਸਪੋਰਟ ਕਰਦੇ ਦਿਖਾਈ ਦਿੱਤੇ। ਲੱਖਾਂ ਦੀ ਗਿਣਤੀ ਵਿੱਚ ਅਫੀਸ਼ੀਅਲ ਆਡੀਓ ਨੂੰ ਯੂਜ਼ ਕਰਕੇ ਰੀਲਾਂ ਬਣ ਗਈਆਂ ਤੇ ਸਿੱਧੂ ਦੇ ਅਕਾਊਂਟ ਤੇ ਜੋ ਗਾਣੇ ਦੀ ਰੀਲ ਪਾਈ ਗਈ ਉਸ ਤੇ 50 ਮਿਲੀਅਨ ਵਿਊਜ਼ ਹੋ ਚੁੱਕੇ ਹਨ। ਜੇ ਤੁਹਾਨੂੰ ਸਕਰੀਨਸ਼ਾਟ ਦੇ ਵਿੱਚ ਘੱਟ ਦਿਖ ਰਹੇ ਹਨ ਤਾਂ ਜਦੋਂ ਤੱਕ ਤੁਹਾਡੇ ਕੋਲ ਇਹ ਵੀਡੀਓ ਪਹੁੰਚਣੀ ਉਦੋਂ ਤੱਕ ਸਿੱਧੂ ਦੇ ਅਕਾਊਂਟ ਤੇ ਜਾ ਕੇ ਚੈੱਕ ਕਰ ਲਿਓ, ਇੰਨੇ ਹੋ ਚੁੱਕੇ ਹੋਣੇ। ਔਜਲਾ ਦਾ ਅਤੇ ਰਣਵੀਰ ਸਿੰਘ ਦਾ ਇੱਕ ਫੇਕ ਟਵੀਟ ਵੀ ਵਾਇਰਲ ਕੀਤਾ ਗਿਆ ਜੋ ਕਿ ਕੁਝ ਝੂਠੇ ਲੋਕਾਂ ਵੱਲੋਂ ਵਿਊ ਖਾਤਰ ਫੇਕ ਟਵੀਟ ਪਾਇਆ ਗਿਆ। ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡਿਆ ਗਿਆ ਅਤੇ ਇਹ ਗੱਲ ਬਹੁਤ ਹੀ ਨਿੰਦਣਯੋਗ ਹੈ। ਗਾਣੇ ਦੀ ਵਾਈ ਪੂਰੀ ਘੈਂਟ ਹੋਣ ਦੇ ਕਾਰਨ ਲੋਕਾਂ ਦੀ ਮਨਸ਼ਾ ਸੀ ਕਿ ਗਾਣਾ ਥੋੜਾ ਜਿਹਾ ਹੋਰ ਲੰਬਾ ਹੁੰਦਾ ਤਾਂ ਗੱਲ ਬਣ ਜਾਣੀ ਸੀ, ਪਰ ਭਰਾਵੋ ਜੇ 22 ਹੁੰਦਾ ਤਾਂ 10 ਪੈਰਿਆਂ ਤਾਂ ਕਹਿ ਕੇ ਲਿਖਵਾ ਲੈਂਦੇ, ਉਹ ਵੀ ਤੁਹਾਨੂੰ ਮਿਲ ਜਾਣਾ ਸੀ। ਸ਼ੁਕਰ ਮਨਾਓ ਕਿ ਉਹਦੇ ਜਾਣ ਤੋਂ ਬਾਅਦ ਗਾਣੇ ਆ ਰਹੇ ਨੇ, ਉਹ ਵੀ ਬਹੁਤ ਵੱਡੀ ਗੱਲ ਹੈ। ਜਦੋਂ ਗੱਲ ਆ ਜਾਏ ਗਰਾਰੀ ਤੇ ਗਾਣਾ 7 ਪੈਰਿਆਂ 'ਚ ਵੀ ਨਹੀਂ ਮੁੱਕਦਾ। ਜਿੱਥੇ ਕੁਝ ਕੁ ਲੋਕਾਂ ਨੂੰ ਮਿਸਅੰਡਰਸਟੈਂਡਿੰਗ ਹੋਈ ਅਤੇ ਉਹ ਨਾਰਾਜ਼ ਹੋ ਗਏ ਕਿ ਸਿੱਧੂ ਇਸ ਗੀਤ ਵਿੱਚ ਆਪਣੇ ਆਪ ਨੂੰ ਗੋਡ ਯਾਨੀ ਕਿ ਰੱਬ ਕਿੱਦਾਂ ਕਹਿ ਸਕਦਾ ਹੈ, ਤਾਂ ਦੱਸਦੀ ਹੈ ਕਿ ਉਸਨੇ ਗੋਡ ਨਹੀਂ ਬਲਕਿ ਗੋਟ ਗਿਆ, ਗ੍ਰੇਟੈਸਟ ਆਫ ਆਲ ਟਾਈਮ। ਉੱਥੇ ਹੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਗਾਣੇ ਦੀ ਤਾਰੀਫ ਕੀਤੀ ਕਿਉਂਕਿ ਗਾਣੇ ਦੇ ਵਿੱਚ ਇੱਕ ਇੱਦਾਂ ਦਾ ਸੀਨ ਸੀ ਜਿਸ ਵਿੱਚ ਕਿ ਇੱਕ ਮੂਨਾ ਬੱਚਾ ਸਿੱਧੂ ਤੋਂ ਇੰਸਪਾਇਰ ਹੋ ਕੇ ਪੱਗ ਬੰਨਣ ਲੱਗ ਜਾਂਦਾ ਹੈ ਤੇ ਇਹ ਸੀਨ ਬਿਲਕੁਲ ਸਿੱਧੂ ਦੇ ਜਸਟ ਲਿਸਨ ਗੀਤ ਦੀ ਵੀਡੀਓ ਦੇ ਇੱਕ ਸੀਨ ਵਾਂਗੂ ਸੀ, ਪਰ ਇੰਨੇ ਡੀਪ ਮੈਸੇਜ ਦੇਣੇ ਵੀਡੀਓ ਦੇ ਵਿੱਚ, ਇੰਨੇ ਘੱਟ ਸੋਰਸਿਸ ਨਾਲ ਵੀਡੀਓ ਨੂੰ 4 ਚੰਦ ਲਗਾਉਣੇ, ਤਾਂ ਸਾਰੀਆਂ ਤਾਰੀਫਾਂ ਜਾਂਦੀਆਂ ਹਨ ਨਵਕਰਨ ਬਰਾੜ ਤੇ ਇਸ ਵੀਡੀਓ ਨੂੰ ਤਿਆਰ ਕਰਨ ਵਾਲੀ ਪੂਰੀ ਟੀਮ ਨੂੰ। ਇਹਨਾਂ ਸਾਰਿਆਂ ਨੇ ਰਲ ਕੇ ਇੰਨਾ ਕੁ ਸੋਹਣਾ ਕੰਮ ਕੀਤਾ ਕਿ ਇਦਾਂ ਦੀ ਵੀਡੀਓ ਤੋਂ ਬਿਨਾਂ ਇਹ ਗਾਣਾ ਇੰਨਾ ਵੱਡਾ ਬਣ ਹੀ ਨਹੀਂ ਸੀ ਸਕਦਾ, ਕਿਉਂਕਿ ਇੱਕ ਲੈਜੈਂਡਰੀ ਤਰੀਕੇ ਨਾਲ ਸਿੱਧੂ ਨੂੰ ਦਿਖਾਇਆ ਗਿਆ, ਉਸਦੀ ਸੋਚ ਤੇ ਪਹਿਰਾ ਦਿੱਤਾ ਗਿਆ, ਉਸਦੇ ਰੈਕਰਡਸ ਦਿਖਾਏ ਗਏ, ਸਿੱਧੂ ਦੀ ਪੁਰਾਣੀ ਫੁਟੇਜ ਨੂੰ ਪ੍ਰੋਪਰ ਇਸਤੇਮਾਲ ਕੀਤਾ ਗਿਆ ਵਿਦ ਅਲਟਰਨੇਸ਼ਨਸ, ਸਿੱਧੂ ਦੇ ਹਮਸ਼ਕਲ ਦੇ ਰਾਹੀਂ ਆਪਾਂ ਨੂੰ ਨਿਊ ਵਿਜ਼ੂਅਲਸ ਦਿਖਾਏ, ਇੱਕ ਹੋਪ ਦਿੱਤੀ ਗਈ ਕਿ ਹਾਂ ਸਿੱਧੂ ਦੇ ਅਗਲੇ ਗਾਣੇ ਦੇ ਵਿੱਚ ਆਪਾਂ ਨੂੰ ਨਵੇਂ ਵਿਜ਼ੂਅਲਸ ਦੇਖਣ ਨੂੰ ਮਿਲ ਸਕਦੇ ਨੇ। ਇਸ ਤਰੀਕੇ ਨਾਲ ਡਰੇਕ ਵੱਲੋਂ ਸਿੱਧੂ ਨੂੰ ਮਿਲੇ ਟ੍ਰਿਬਿਊਟ ਦੀ ਵਰਤੋਂ, ਰਣਵੀਰ, ਧਵਨ, ਕੋਹਲੀ ਤੇ ਸਿੱਧੂ ਦੀ ਥਾਪੀ ਐਵਰੀਥਿੰਗ ਵਾਜ਼
ਔਸਮ, ਇਸ ਤੋਂ ਉੱਪਰ ਕੁਛ ਵੀ ਨਹੀਂ ਹੋ ਸਕਦਾ। 10 ਵਿੱਚੋਂ 10 ਵੀਡੀਓ ਸੀ ਤੇ ਜ਼ਿਆਦਾ ਨਾ ਤਾਰੀਫ ਕਰਦੇ ਹੋਏ ਇੱਕ ਗੱਲ ਵਿੱਚ ਸਾਰੀ ਗੱਲ ਮੁਕਾਉਣਾ ਚਾਹੁੰਦਾ ਕਿ ਅਗਲੀ ਵੀਡੀਓਆਂ ਵਿੱਚ ਵੀ ਅਸੀਂ ਇਸ ਟੀਮ ਦੁਆਰਾ ਕੰਮ ਹੁੰਦਾ ਦੇਖਣਾ ਚਾਹਾਂਗੇ। ਗਾਣੇ ਦੀ ਵਾਈ ਵਿੱਚ ਲੋਕੀ ਮਜ਼ੇ ਕਰ ਰਹੇ ਸੀ ਜਦ ਨੂੰ ਮਿਸਟਰ ਕੈਪੋਨੀ ਨੇ ਇਹ ਰਿਵੀਲ ਕਰ ਦਿੱਤਾ ਕਿ ਬਲੱਡਲਸਟ ਗਾਣੇ ਦੀ ਵੀਡੀਓ ਵੀ ਆ ਰਹੀ ਹੈ ਜੂਨ ਜੁਲਾਈ ਦੇ ਮਹੀਨੇ ਵਿੱਚ। ਡੀਜੇ ਗੋਡਿਸ ਦੀ ਵੀਡੀਓ ਸਾਹਮਣੇ ਆਉਣ ਲੱਗ ਗਈਆਂ ਕਿ ਉਹ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਣ ਆਈ ਹੋਈ ਹੈ। ਗੋਰੇ ਕਾਲੇ ਹਿੰਦੂ ਸਿੱਖ ਸਾਰਿਆਂ ਨੇ ਰਿਐਕਸ਼ਨ ਦੇ ਕੇ ਯੂਟਿਊਬ ਤੇ ਪਤਾ ਲਗਾਤਾ ਕਿ ਮੇਰਾ ਨਾਮ ਦਾ ਕੋਈ ਗਾਣਾ ਆਇਆ ਹੈ। ਸਿੱਧੂ ਦੇ ਚੈਨਲ ਤੇ 20 ਮਿਲੀਅਨ ਸਬਸਕ੍ਰਾਈਬਰਸ ਕੰਪਲੀਟ ਹੋ ਗਏ ਅਤੇ ਇੰਡੀਆ ਦਾ ਸਭ ਤੋਂ ਪਹਿਲਾ ਇੰਡੀਵਿਜੁਅਲ ਆਰਟਿਸਟ ਚੈਨਲ ਬਣ ਗਿਆ ਜਿਸਨੇ 20 ਮਿਲੀਅਨ ਸਬਸਕ੍ਰਾਈਬਰਸ ਹਾਸਲ ਕੀਤੇ ਹੋ। ਉਧਰੋਂ ਲੱਕੀ ਰਾਏ ਦੀ ਇੰਟਰਵਿਊ ਆਏ ਸਾਹਮਣੇ, ਉਸਨੇ ਦੱਸਿਆ ਕਿ ਉਸਦੀ ਕਰਨ ਦੇ ਮਿਊਜ਼ਿਕ ਪ੍ਰੋਡਿਊਸਰ ਪ੍ਰੂਫ ਨਾਲ ਗੱਲ ਹੋਈ ਸੀ ਤੇ ਪ੍ਰੂਫ ਨੇ ਦੱਸਿਆ ਕਿ ਜਦੋਂ ਸਿੱਧੂ ਦਾ ਗਾਣਾ ਆਉਂਦਾ ਹੁੰਦਾ ਸੀ ਤਾਂ ਔਜਲਾ ਉਸਨੂੰ ਦਿਖਾਉਂਦਾ ਸੀ ਕਿ ਇਹ ਦੇਖ ਆ ਗਾਣਾ ਆਇਆ, ਇਸ ਤੋਂ ਵੀ ਵਧੀਆ ਕਰਨਾ ਆਪਾਂ। ਪ੍ਰੂਫ ਬਾਈ ਨੂੰ ਪੁੱਛਿਆ ਕਈ ਵਾਰੀ, ਕਹਿੰਦਾ ਨਹੀਂ ਯਾਰ, ਕਹਿੰਦਾ ਕਰਨ ਬਾਈ ਸੋਹੂ ਜਦੋਂ ਸਿੱਧੂ ਦਾ ਗਾਣਾ ਆਉਂਦਾ ਸੁਣਾਉਂਦਾ ਕਿ ਯਾਰ ਆਪਾਂ ਇਹ ਤੋਂ ਹੋਰ ਕੁਝ ਵਧੀਆ ਕਰਨਾ। ਉਹ ਵਧੀਆ ਚੱਲ ਰਿਹਾ ਸੀ, ਇੱਕ ਕੰਪੀਟੀਸ਼ਨ ਚੱਲ ਰਿਹਾ ਸੀ ਕਿ ਇੱਕ ਜੇ ਗਾਣਾ ਬਣਾਉਂਦਾ ਸੀ ਉਹ ਸੋਚਦਾ ਸੀ ਯਾਰ ਮੈਂ ਤੋਂ ਵਧੀਆ ਕੀ ਕਰ ਸਕਦਾ। ਇਹਦੇ ਵਿੱਚ ਇਹ ਨਹੀਂ ਹੈਗਾ ਸੀ ਯਾਰ ਜੇ ਉਹਨੇ ਗਾਣਾ ਕੱਢਤਾ ਜੇ ਉਹਦਾ ਗਾਣਾ ਚੱਲ ਗਿਆ ਕਿਉਂ ਚੱਲ ਗਿਆ। ਅਸਲ 'ਚ ਪਤਾ ਕੀ ਗੱਲ, ਇਹ ਕੋਈ ਸਮਝ ਨਹੀਂ ਸਕਦਾ ਇਹ ਚੀਜ਼ਾਂ। ਇੱਕ ਤਰੀਕੇ ਨਾਲ ਕਹਿ ਦਈਏ ਕਿ ਇਹਨਾਂ ਦੋਨਾਂ ਵਿੱਚ ਕੋਈ ਦਿਲੋਂ ਵੈਰ ਵਿਰੋਧ ਨਹੀਂ ਸੀ, ਬਸ ਇੱਕ ਹੈਲਦੀ ਕੰਪੀਟੀਸ਼ਨ ਚੱਲ ਰਿਹਾ ਸੀ ਤੇ ਸਿਰਫ ਗਾਣਿਆਂ ਤੱਕ ਹੀ ਸੀਮਤ ਸੀ। ਅਤੇ ਕੁਝ ਦਿਨ ਬਾਅਦ ਔਲਕ ਦਾ ਗਾਣਾ ਵੀ ਆਇਆ ਜਿਸ ਦੇ ਉੱਪਰ 26 ਸੈਕਿੰਡ ਵਿੱਚ 2 ਮਿਲੀਅਨ ਵਿਊ ਸ਼ੋਅ ਹੋਏ ਅਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਫੇਕ ਹਨ। ਅਤੇ ਇੱਥੋਂ ਤੱਕ ਕਿ ਸਨੀ ਮਲਟਨ ਨੇ ਸਟੋਰੀ ਵੀ ਪਾ ਦਿੱਤੀ ਕਿ ਸਪੋਟੀਫਾਈ ਦੀ ਸਟ੍ਰੀਮਸ ਅਤੇ YT ਦੇ ਵਿਊਜ਼ ਇਹ ਮਾਇਨੇ ਨਹੀਂ ਰੱਖਦੇ। ਕੁਝ ਕਲਾਕਾਰਾਂ ਦੇ 10 ਮਿੰਟਾਂ ਵਿੱਚ ਮਿਲੀਅਨ ਵਿਊ ਚਲੇ ਜਾਂਦੇ ਨੇ। ਇਹ ਸਭ ਫੇਕ ਹੋ ਸਕਦਾ ਹੈ ਪਰ ਇੱਕ ਚੀਜ਼ ਫੇਕ ਨਹੀਂ ਹੋ ਸਕਦੀ, ਤੁਹਾਡਾ ਪ੍ਰਭਾਵ ਜੋ ਤੁਸੀਂ ਆਪਣੀ ਜਨਤਾ, ਕਲਚਰ ਅਤੇ ਆਪਣੇ ਲੋਕਾਂ ਤੇ ਪਾ ਰਹੇ ਹੋ। ਬਰਨਾ ਬੋਏ ਤੇ ਸਟੀਲ ਬੈਂਗਲਸ ਦੇ ਮੇਰਾ ਨਾਂ ਗੀਤ ਬਣਾਉਂਦਿਆਂ ਦੀ ਰਿਕਾਰਡਿੰਗ ਸੈਸ਼ਨ ਵੀ ਸਾਹਮਣੇ ਆਇਆ ਅਤੇ NASA ਨੇ ਕੁਝ ਫੋਟੋਆਂ ਅਪਲੋਡ ਕੀਤੀਆਂ ਜੁਪੀਟਰ ਦੀਆਂ ਜਿਸ ਵਿੱਚ ਕਿ ਲੋਕਾਂ ਮੁਤਾਬਿਕ ਸਿੱਧੂ ਦੀ ਝਲਕ ਦਿਖ ਰਹੀ ਸੀ। ਇੱਥੋਂ ਤੱਕ ਕਿ ਸਿੱਧੂ ਦੇ ਸਦਕਾ ਬਰਨਾ ਬੋਏ ਵੀ ਨਾਈਜੀਰੀਆ ਦਾ ਪਹਿਲਾ ਆਰਟਿਸਟ ਬਣ ਗਿਆ ਜਿਸ ਨੂੰ 24 ਘੰਟੇ ਵਿੱਚ 15 ਮਿਲੀਅਨ ਵਿਊਜ਼ ਹਾਸਲ ਹੋਏ ਹੋਣ। ਸਪੋਟੀਫਾਈ ਤੇ ਹੁਣ ਤੱਕ 5 ਮਿਲੀਅਨ ਸਟ੍ਰੀਮਸ ਹੋ ਚੁੱਕੀਆਂ ਨੇ ਤੇ ਗਾਣਾ ਬਿਲਬੋਰਡ ਤੇ 12ਵੇਂ ਨੰਬਰ ਤੇ ਰੈਂਕ ਕਰ ਗਿਆ ਜੋ ਕਿ ਸਿੱਧੂ ਲਈ ਆਮ ਗੱਲ ਸੀ ਤੇ ਬਾਕੀਆਂ ਲਈ ਬਹੁਤ ਹੀ ਰੇਅਰ। ਚਲੋ ਇਹ ਸਭ ਹੋ ਗਿਆ, ਬਿਲਬੋਰਡ ਲੈ ਲਿਆ ਰਿਕਾਰਡ, ਕੁਝ ਤੋੜ ਤੇ ਕੁਝ ਬਣਾ ਤੇ, ਕਮੈਂਟਸ ਲਾਈਕ ਸਭ ਕੁਝ ਹੋ ਗਿਆ, ਪਰ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਸੀ ਉਹ ਕਿਉਂ ਨਹੀਂ ਹੋਈ? ਕਿਉਂ ਇੰਨੇ ਵੱਡੇ ਗੀਤ ਦੀ ਅਫੀਸ਼ੀਅਲ ਵੀਡੀਓ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣ ਦੀ ਲੋੜ ਪੈ ਗਈ? ਵਰਲਡ ਲੈਵਲ ਤੇ ਇਹ ਵੀਡੀਓ ਲੋਕਾਂ ਨੇ ਦੇਖੀ ਆ, ਉਹਨਾਂ ਨੂੰ ਦਿਖਾਉਣਾ ਪਿਆ ਕਿ ਜਿਸ ਬੰਦੇ ਦਾ ਗਾਣਾ ਤੁਸੀਂ ਸੁਣ ਰਹੇ ਹੋ ਉਹਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ। ਸਿੱਧੂ ਦੇ ਕਰੀਬੀ ਭਰਾਵਾਂ ਨੇ ਵੀ ਉੱਤਾ ਚੱਕਿਆ ਕਿ ਜਿਹੜੇ ਆਰਟਿਸਟ ਸਿੱਧੂ ਨਾਲ ਰਹਿ ਕੇ ਫਾਇਦੇ ਖੱਟ ਕੇ ਆਪਣਾ ਨਾਮ ਬਣਾ ਗਏ, ਹੁਣ ਉਹ ਕਿਉਂ ਨਹੀਂ ਜਸਟਿਸ ਦੀ ਮੰਗ ਕਰਦੇ, ਕਿਉਂ ਚੁੱਪ ਬੈਠੇ ਨੇ ਕਿ ਜਾਂ ਤਾਂ ਸਿੱਧੂ ਦਾ ਨਾਮ ਲੈ ਕੇ ਉਸ ਦੀ ਆਡੀਅੰਸ ਗੇਨ ਕਰਨ ਨੂੰ ਹਟ ਜਾਓ ਜਾਂ ਫਿਰ ਪ੍ਰੋਪਰ ਚੰਗੀ ਤਰ੍ਹਾਂ ਜਸਟਿਸ ਮੰਗੋ। ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖ ਕੇ ਪਾਉਣ ਨਾਲ ਗੱਲ ਨਹੀਂ ਬਣਨੀ, ਥਾਪੀ ਮਾਰਕੀਟ ਟ੍ਰਿਬਿਊਟ ਦਿੱਤਾ ਤਾਂ ਗੱਲ ਨਹੀਂ ਬਣਨੀ, ਜੇ ਗੱਲ ਬਣਾਉਣੀ ਹੈ ਤਾਂ ਗਰਾਊਂਡ ਲੈਵਲ ਤੇ ਆ ਕੇ ਜਸਟਿਸ ਮੰਗੋ। ਬਾਕੀ ਗਾਣਿਆਂ ਦਾ ਕੀ ਹੈ, 50 ਤੋਂ ਉੱਪਰ ਪਏ ਨੇ, ਆਪਣੇ ਬੁਢਾਪੇ ਤੱਕ ਤਾਂ ਆਉਂਦੇ ਰਹਿਣੇ ਆ ਤੇ ਇੱਕ ਫੇਮਸ ਨਿਊਜ਼ ਚੈਨਲ ਨੇ ਇਹ ਲਿਖ ਕੇ ਪਾਇਆ ਸੀ ਕਿ ਸਿੱਧੂ ਦਾ ਇਹ ਆਖਰੀ ਗਾਣਾ ਸੀ ਤਾਂ ਉਹ ਬਲਕੌਰ ਸਿੰਘ ਦੀ ਇਹ ਗੱਲ ਜੂ ਸੁਣ ਲੈਣ। ਕਿੰਨੇ ਕੁ ਗਾਣੇ ਸਰਦਾਰ ਬਲਕੌਰ ਸਿੰਘ ਜੀ ਹੋਰ ਪਏ ਆ ਜਿਹੜੇ, ਜਿੱਦਾਂ ਤੁਸੀਂ ਜ਼ਿਕਰ ਕਰਿਆ ਸੀ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਕਈ ਸਾਲ ਅਜੇ ਸਿੱਧੂ ਨੂੰ ਜ਼ਿੰਦਾ ਰੱਖਾਂਗੇ? ਮਤਲਬ ਸਾਲਾਂ ਵਾਲੀ ਗੱਲ ਤਾਂ ਜੇ ਮੈਂ ਕਹਾਂ ਤਾਂ ਉਹ ਘੱਟ ਕਰਕੇ ਜਾਣਨ ਵਾਲੀ ਗੱਲ ਹੈ ਕਿ ਸਿੱਧੂ ਨੇ ਅਮਰ ਰਹਿਣਾ ਹੈ, ਬਿਲਕੁਲ ਪੂਰੀ ਦੁਨੀਆ ਤੱਕ ਉਹਦੇ ਗਾਣੇ ਆਉਂਦੇ ਰਹਿਣਗੇ, ਬਹੁਤ ਮੈਟਰ ਆਪਣੇ ਕੋਲ ਪਿਆ ਤੇ ਆਪਾਂ ਇੰਡਸਟਰੀ ਦੇ ਵਿੱਚ ਆਪਣੀ ਹਾਜ਼ਰੀ ਲਾਉਂਦੇ ਰਹਾਂਗੇ। ਬਾਕੀ ਐਂਡ ਸਕਰੀਨ ਤੇ ਇੱਕ ਗਾਣਾ ਪਾਇਆ ਤੀਰੂ ਸਾਂਗਵਾਨ ਦਾ ਜਿਸਦਾ ਨਾਮ ਹੈ ਮਾਹੌਲ। ਜੇ ਗੀਤ ਚੰਗਾ ਲੱਗਿਆ ਤਾਂ ਸਪੋਰਟ ਕਰ ਦਿਓ, ਜੇ ਨਹੀਂ ਚੰਗਾ ਲੱਗਿਆ ਤਾਂ ਨਾ ਕਰਿਓ। ਓਕੇ ਜੀ, ਧੰਨਵਾਦ।